ਸੀਲ ਲੱਗੇ ਜਿੰਦਰੇ, ਜ਼ਮੀਨ ਤੇ ਬੈਠੇ ਵਿਦਿਆਰਥੀ ਤੇ ਮੈਦਾਨ 'ਚ ਖੜਾਏ ਪਾਣੀ। ਇਹ ਹੈ ਲੁਧਿਆਣਾ ਦੇ ਜਵਾਹਰ ਨਗਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਿੱਥੇ ਕਰੀਬ ਡੇਢ ਮਹੀਨਾ ਪਹਿਲਾਂ ਲੋਕ ਸਭਾ ਚੋਣਾਂ ਦੇ ਲਈ EVM ਤੇ VVPAT ਮਸ਼ੀਨਾਂ ਰੱਖੀਆਂ ਗਈਆਂ ਸਨ। ਵੋਟਿੰਗ ਹੋ ਗਈ, ਕੇਂਦਰ 'ਚ ਮੋਦੀ ਸਰਕਾਰ ਵੀ ਆ ਗਈ ਤੇ ਮੋਦੀ ਸਰਕਾਰ ਦਾ ਪਹਿਲਾ ਬਜਟ ਵੀ, ਪਰ ਇਹ ਮਸ਼ੀਨਾਂ ਸੀਲ ਹੋਏ ਇਸ ਕਮਰੇ ਦੇ ਵਿੱਚ ਹਾਲੇ ਤੱਕ ਕੈਦ ਨੇ। ਭਾਵੇਂ ਇਸ ਦੀ ਸੁਰੱਖਿਆ ਦੇ ਲਈ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਗਈ ਹੈ, ਪਰ ਬੰਦ ਕਮਰੇ ਕਰਕੇ ਵਿਦਿਆਰਥੀ ਖੁੱਲ੍ਹੇ ਅਸਮਾਨ ਹੇਠ ਪੜ੍ਹਨ ਦੇ ਲਈ ਮਜਬੂਰ ਨੇ। ਸਰ, ਸਾਰੀ ਕਲਾਸਾਂ ਸੀਲ ਕੀਤੀਆਂ ਹੋਈਆਂ, ਸਾਰੇ ਬੱਚਿਆਂ ਨੂੰ ਜਦੋਂ ਇਹਦੇ ਵਿੱਚ EVM ਮਸ਼ੀਨਾਂ ਰੱਖੀਆਂ ਹੋਈਆਂ, ਜਦੋਂ ਆਪਾਂ ਸਵੇਰੇ ਆਉਂਦੇ ਹਾਂ ਤਾਂ ਥੱਲੇ ਬੈਠਣਾ, ਕੋਈ ਸਿਸਟਮ ਨਹੀਂ ਹੈਗਾ ਕਲਾਸਾਂ ਦਾ ਇਸ ਕਰਕੇ। ਸਰ, EVM ਮਸ਼ੀਨਾਂ ਰੱਖੀਆਂ ਨੇ ਇਸ ਕਾਰਨ? EVM ਮਸ਼ੀਨ ਤੋ ਕਿੰਨੇ ਦਿਨ ਹੋ ਗਏ ਰੱਖੀ ਹੋਈ ਹੈ, ਕਿੰਨੀ ਦੇਰ ਹੋ ਗਈ ਆਪ ਬੈਠਦੇ ਆਪ ਨੂੰ? ਇਹ ਡੇਢ ਮਹੀਨੇ ਹੋ ਚੁੱਕੇ ਹਨ। ਤੋ ਨੀਚੇ ਬੈਠਦੇ ਹੋ? ਉਧਰ ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ, 8 ਜੁਲਾਈ ਦਾ ਸਮਾਂ ਦਿੱਤਾ ਗਿਆ, ਪਰ ਹਾਲੇ ਤੱਕ ਕੋਈ ਵੀ ਹੱਲ ਨਹੀਂ ਨਿਕਲਿਆ। ਮੈਂ ਜੀ ਅਰਾਧਨਾ ਨੰਦਾ, ਪ੍ਰਿੰਸੀਪਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ ਬੋਆਇਜ਼। ਮੈਂ ਵੀ ਦੇਖਿਆ ਜਾਵੇ ਸਕੂਲ ਦੇ ਬੱਚੇ ਬਿਲਕੁਲ ਬਾਹਰ ਬੈਠੇ ਹੈ, ਜਿਹੜੇ ਪੇਟੀਐਮ ਮਸ਼ੀਨਾਂ ਸੀ ਕੋਰਟ ਵੱਲੋਂ ਵੀ, ਚੌਂਕੀ ਮਿਨਿਸਟਰ ਵੱਲੋਂ ਵੀ 45 ਦਿਨ ਦਾ ਆਰਡਰ ਸੀ, ਹਜੇ ਤੱਕ ਵੀ ਪਈਆਂ ਹੋਈਆਂ। ਕੀ ਕਹਿਣਾ ਚਾਹੁੰਦੇ ਹੋ? ਸਾਨੂੰ ਜੀ DC ਸਾਹਿਬ ਵੱਲੋਂ ਹੁਕਮ ਹੋਇਆ ਸੀ ਜੀ, ਅਤੇ 8 ਜੁਲਾਈ ਜਿਹੜੀ ਲਾਸਟ ਡੇਟ ਸੀ, ਅਤੇ ਅਸੀਂ ਹੁਣ ਲੈਟਰ ਪਾ ਦਿੱਤੀ ਹੈ, ਮੇਲ ਵੀ ਕੀਤੀ ਹੈ, ਅਤੇ ਉਹ ਕਹਿੰਦੇ ਸੀ ਵੀ ਚੁੱਕ ਲਵਾਂਗੇ। ਦੇਖਿਆ ਜਾਵੇ ਹੁਣ ਬਾਰਿਸ਼ ਦਾ ਮੌਸਮ ਹੈ, ਬਾਰਿਸ਼ਾਂ ਪੈ ਰਹੀਆਂ ਨੇ, ਬੱਚੇ ਕਿੱਥੇ ਬੈਠ ਰਹੇ ਨੇ, ਕਿਹੜੀ ਕਲਾਸਾਂ 'ਚ ਬੱਚਿਆਂ ਨੂੰ ਤੁਸੀਂ ਅਰੇਂਜਮੈਂਟ ਕੀਤੇ ਆ? ਕਾਫੀ ਜੀ ਪ੍ਰੋਬਲਮ ਤਾਂ ਕਾਫੀ ਆ ਰਹੀ ਹੈ ਜੀ, ਬਾਕੀ ਹਾਇਰ ਅਥੋਰਟੀਜ਼ ਦੇ ਆਰਡਰ ਸੀਗੇ, ਇਸ ਕਰਕੇ ਸਾਨੂੰ ਮੰਨਣੇ ਪਏ, ਅਤੇ ਪ੍ਰੋਬਲਮ ਤਾਂ ਕਾਫੀ ਆ। ਬਰਸਾਤਾਂ ਵੀ ਸ਼ੁਰੂ ਹੋ ਗਈਆਂ, ਬੱਚਿਆਂ ਦੇ ਬੈਠਣ ਲਈ ਵੀ ਪ੍ਰੋਪਰ ਅਰੇਂਜਮੈਂਟ ਨਹੀਂ ਹੈਗਾ, ਉੱਤੋਂ ਗਰਮੀ ਦਾ ਮੌਸਮ ਹੈ, ਅਤੇ ਬੜੀ ਰਿਕੁਐਸਟ ਕੀਤੀ ਹੈ ਜੀ, ਅਸੀਂ ਤਾਂ DO ਮੈਡਮ ਨੂੰ ਵੀ ਕਿਹਾ, ਅਤੇ ਤੁਸੀਂ ਵੀ ਕੋਪਰੇਟ ਕਰੋ ਸਾਡੇ ਨਾਲ, ਜਲਦੀ ਤੋਂ ਜਲਦੀ ਖਾਲੀ ਕਰਵਾ। ਅਤੇ ਇਸੇ ਬਾਰੇ ਜਦੋਂ ਅਸੀਂ ADC ਤੋਂ ਜਵਾਬ ਲੈਣ ਦੇ ਲਈ ਪਹੁੰਚੇ ਤਾਂ ਜਵਾਬ ਦੇਣਾ ਤਾਂ ਦੂਰ ਦੀ ਗੱਲ ਸੀ, ਪਰ ADC ਸਾਹਿਬ ਨੂੰ ਤਾਂ ਗੁੱਸਾ ਆ ਗਿਆ। ਸਰ, ਲੁਧਿਆਣਾ ਦਾ ਜਿਹੜਾ ਜਵਾਹਰ ਨਗਰ ਸਕੂਲ ਹੈ, ਬਿਲਕੁਲ ਉਹਨਾਂ ਦੇ ਕਮਰੇ ਸੀਲ ਕੀਤੇ ਹੋਏ ਆ, ਹਜੇ ਤੱਕ ਬੱਚੇ ਭੁੰਜੇ ਬਹਿ ਰਹੇ ਆ। ਜੈਂਟਲਮੈਨ, ਪਹਿਲੀ ਗੱਲ ਤਾਂ ਮੈਨੂੰ ਤੇਰੇ ਸਵਾਲ ਦਾ ਨਹੀਂ ਪਤਾ, ਤੂੰ ਖਿੱਚਣਾ ਸ਼ੁਰੂ ਕਰ ਲਿਆ, ਤੈਨੂੰ ਪਤਾ ਹੋਣਾ ਚਾਹੀਦਾ ਵੀ ਸਵਾਲ ਕਾਹਦੇ ਵਾਸਤੇ ਕਰਨਾ। ਪਹਿਲੀ ਗੱਲ ਮੈਂ ਤੈਨੂੰ ਕੀ ਗੱਲ ਕਹੀ ਸੀ ਬਈ ਮੈਂ ਬਾਈ ਨਹੀਂ ਦਿੰਦਾ, ਤੂੰ ਫਿਰ ਆਪਣੀ ਸਰ ਮੈਂ ਕੋਈ ਦਿਸ ਇਜ਼ ਰੋਂਗ, ਦਿਸ ਇਜ਼ ਵੈਰੀ ਰੋਂਗ। ਸੋ ਮੀਂਹ ਦਾ ਮੌਸਮ, ਕਲਾਸਰੂਮਸ ਬੰਦ ਤੇ ਵਿਦਿਆਰਥੀ ਪਰੇਸ਼ਾਨ, ਪਰ ਇਹਨਾਂ ਸਾਹਿਬ ਨੂੰ ਕੋਈ ਫਰਕ ਨਹੀਂ ਪੈ ਰਿਹਾ। ਬੱਚੇ ਡੇਢ ਮਹੀਨੇ ਤੋਂ ਜ਼ਮੀਨ ਤੇ ਬੈਠੇ ਨੇ, ਪਰ ਸਾਹਿਬ ਆਪਣੀ ਕੁਰਸੀ ਤੇ ਬੈਠ ਕੇ ਇਸ ਤਰ੍ਹਾਂ ਗੱਲ ਕਰ ਰਹੇ ਨੇ। ਲੋਕਾਂ ਦੀ ਸੁਵਿਧਾ ਦੇ ਲਈ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ, ਪਰ ਜਵਾਬ ਦੇਣ ਤੋਂ ਬਜਾਏ ਇਹ ਸਾਹਿਬ ਆਪਣਾ ਰੋਪ ਝਾੜ ਰਹੇ ਨੇ। ਹੁਣ ਸਵਾਲ ਸਰਕਾਰ ਤੋਂ ਇਹ ਹੈ ਕਿ ਅਜਿਹੇ ਰਵੱਈਏ ਨਾਲ ਸਰਵ ਸਿੱਖਿਆ ਮੁਹਿੰਮ ਕਿਵੇਂ ਪੂਰੀ ਹੋਏਗੀ। ਲੁਧਿਆਣਾ ਤੋਂ ਅਰੁਣ ਕੁਮਾਰ ਦੇ ਨਾਲ ਇੰਡੀਆ ਨਿਊਜ਼ ਪੰਜਾਬ।